ਇੰਪੀਆਨਟੋ ਡੇ ਲੋਬ੍ਰਿਫਿਕਾਜ਼ਿਓਨ। ਇਹ ਕਿਉਂ ਹੁੰਦਾ ਆ ਇਹ ਇਸ ਲਈ ਪਾਇਆ ਜਾਂਦਾ ਆ ਕਿਉਂਕਿ ਜਦ ਇੰਜਨ ਦੇ ਵਿੱਚ ਪਾਏ ਜਾਣ ਵਾਲੀ ਆਰਗਾਨੀ ਯਾਨਕੀ ਪਾਰਟਸ ਆਪਸ ਵਿੱਚ ਅਤਰੀ ਤੋ ਯਾਨਕੀ ਰਗੜਦੇ ਹਨ ਤੇ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਨੇ ਸੋ ਉਹਨਾਂ ਨੂੰ ਠੰਡੇ ਕਰਨ ਵਾਸਤੇ ਯਾਨਕੀ ਰਫ ਰਿਦਾਰੇ ਕਰਨ ਵਾਸਤੇ ਇਸ ਤਰ੍ਹਾਂ ਦਾ ਟਾਂਚਾ ਇੰਪੀਆੰਟੋ ਫਿਟ ਕੀਤਾ ਹੁੰਦਾ ਆ ਇਹਨਾਂ ਦਾ ਟੈਂਪਰੇਚਰ ਦੱਸਣ ਵਾਸਤੇ ਤੁਹਾਨੂੰ ਦੋ ਤਰੀਕੇ ਦੇ ਪਾਏ ਜਾਣਗੇ ਇੱਕ ਹੁੰਦਾ ਆ ਸਪੀਆ ਜੋ ਜਗ ਜਾਂਦਾ ਆ ਇੱਕ ਹੁੰਦਾ ਆ ਮਾਨੋਮੀਟਰੋ ਯਾਨੀ ਕਿ ਮੀਟਰ ਇਨਾਂ ਰਾਹੀਂ ਅਸੀਂ ਪਤਾ ਕਰ ਸਕਦੇ ਆਂ ਵੀ ਇੰਜਨ ਵਿੱਚ ਔਇਲ ਰੈਗੂਲਰ ਆ ਜਾਂ ਘਟ ਗਿਆ ਏ ਸੋ ਇਸ ਤਰੀਕੇ ਨਾਲ ਇੰਪੀਆੰਟੋ ਦੀ ਲੂਬ੍ਰਿਫਿਕਾਜ਼ਿਓਨੇ ਇੰਜਨ ਵਿੱਚ ਕੰਮ ਕਰਦਾ ਆ ਜੋ ਜਿੰਜਨ ਦੇ ਵਿੱਚ ਪਿਸਟੋਨੀ ਕੰਮ ਕਰਦੇ ਨੇ ਯਾਨੀ ਚ ਆਲਬੇਰੋ ਮੋਟੋਰੀਕੋਮ ਦਾਇਆ ਤੇ ਪਿਸਟਨ ਉੱਪਰ ਨੂੰ ਹਵਾ ਪੇਜਦੇ ਨੇ ਤੋਂ ਲੋਹੇ ਦੇ ਪਾਰਟਸ ਆਪਸ ਵਿੱਚ ਰਗੜ ਰਗੜ ਕੇ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਨੇ ਉਹਨਾਂ ਨੂੰ ਠੰਡਾ ਕਰਨ ਵਾਸਤੇ ਇਸ ਤਰ੍ਹਾਂ ਦਾ ਇੰਪੀਆਨਤੋ ਜੋ ਫਿਟ ਕੀਤਾ ਗਿਆ ਇਹ ਉਹਦੇ ਨਾਲ ਕਾਫੀ ਮਦਦ ਮਿਲਦੀ ਆ ਹੁਣ ਮੈਂ ਤੁਹਾਨੂੰ ਦਿਖਾਣਾ ਕੁਝ ਐਸੇ ਪਾਰਟਸ ਜਿੱਦਾਂ ਪੋਂਪਾ ਓਲਿਓ ਵਰੀਆਬਿਲੇ ਇਹ ਉਹ ਪੰਪ ਆ ਜਿਹੜਾ ਇੰਜਨ ਦੇ ਵਿੱਚ ਪਾਇਆ ਜਾਂਦਾ ਆ ਜਿਸ ਨੇ ਥੱਲੇ ਕੋਪਾ ਇਹ ਜਿਹੜਾ ਨੀਚੇ ਜਿੰਨੇ ਚ ਤੇਲ ਪਿਆ ਹੈ ਨਾ ਇਹ ਵਾਲਾ ਇਹਨੂੰ ਕੋਪਾ ਕਹਿੰਦੇ ਨੇ ਇਹ ਸਾਰੇ ਦਾ ਸਾਰਾ ਕੋਪਾ ਆ ਤੇ ਜਿਹੜਾ ਪੰਪ ਆ ਉਹਨੂੰ ਕਹਿੰਦੇ ਨੇ ਪੰਪੋ olio per la lubrificazione ਯਾਨੀ ਕਿ ਇਹ ਪੰਪ ਨੂੰ ਕੋਪੇ ਦੇ ਵਿੱਚ ਫਿੱਟ ਕੀਤਾ ਜਾਂਦਾ ਆ ਜੋ ਕਿ ਆਇਲ ਨੂੰ ਉੱਪਰ ਨੂੰ ਭੇਜਦਾ ਆ ਆਪਣੇ ਇੰਨਾ ਪਾਰਟਸ ਦੇ ਵਿੱਚੋਂ ਯਾਨੀ ਕਿ ਜਦ ਇਹ ਆਇਲ ਨੂੰ ਉੱਪਰ ਨੂੰ ਖਿੱਚਦਾ ਆ ਇਹ ਮੂਵ ਹੁੰਦੇ ਨੇ ਅਪ ਡਾਊਨ ਅਪ ਡਾਊਨ ਅਪ ਡਾਊਨ ਜਿੰਦੇ ਨਾਲ ਤੇਲ ਨੂੰ ਇਜਾਜ਼ਤ ਮਿਲਦੀ ਆ ਸਰਕੂਲੇਟ ਕਰਨ ਵਾਸਤੇ ਸੋ ਜਦ ਗੱਡੀ ਆਪਾਂ ਸਟਾਰਟ ਕਰਦੇ ਆ ਤੇ ਉਹਨਾਂ ਤੋਂ ਬਾਅਦ ਇਹਨਾਂ ਦਾ ਕੰਮ ਆਟੋਮੈਟਿਕ ਸ਼ੁਰੂ ਹੋ ਜਾਂਦਾ ਆ ਸੋ ਲਗਭਗ ਤੁਸੀਂ ਵੀਡੀਓ ਪੂਰੀ ਵਿੱਚ ਇਹੀ ਨੋਟ ਕੀਤਾ ਆ ਕਿ ਗੱਡੀ ਦੇ ਪਾਰਟਸ ਜਦ ਕੰਮ ਕਰਦੇ ਨੇ ਤੇ ਉਹਨਾਂ ਨੂੰ ਠੰਡੇ ਕਰਨ ਵਾਸਤੇ ਪੂਰੇ ਦਾ ਪੂਰਾ ਜਿਹੜਾ ਢਾਂਚਾ ਫਿੱਟ ਕੀਤਾ ਗਿਆ ਏ ਉਹਨੂੰ ਇੰਪੀਆਨਟੋ ਦੀ ਲੋਬ੍ਰਿਫਿਕਾਜ਼ਿਓਨੇ ਕਿਹਾ ਗਿਆ ਏ ਹੁਣ ਆਪਾਂ ਗੱਲ ਕਰਦੇ ਆ ਇੰਪੀਆਨਟੋ ਦੀ ਲੋਬ੍ਰਿਫਿਕਾਜ਼ਿਓਨੇ ਇੰਪੀਆਨਟੋ ਦੀ ਲੋਬ੍ਰਿਫਿਕਾਜ਼ਿਓਨੇ ਯਾਨੀ ਕਿ ਮਗਲੈਲ ਜਿੱਥੇ ਸਰਕਲ ਕਰਦਾ ਆ ਉਸ ਪੂਰੇ ਦੇ ਪੂਰੇ ਇੰਪੀਅੰਤੋ ਨੂੰ ਇੰਪੀਅੰਤੋ ਡੀ ਲੂਬ੍ਰਿਫਿਕਾਜ਼ਿਓਨੇ ਕਿਹਾ ਜਾਂਦਾ ਆ ਇਸ ਦੇ ਕਾਫੀ ਜ਼ਿਆਦਾ ਵਧੀਆ ਕੰਮ ਨੇ ਇੰਜਨ ਦੇ ਵਿੱਚ ਜਿਵੇਂ ਕਿ ਜਦੋਂ ਗੱਡੀ ਦੇ ਪੁਰਜੇ ਇੰਜਨ ਦੇ ਪੁਰਜੇ ਕੰਮ ਕਰਦੇ ਨੇ ਉਹ ਆਸਾਨੀ ਨਾਲ ਕੰਮ ਕਰ ਸਕਣ ਅਤੇ ਉਹਨਾਂ ਨੂੰ ਤੁਸੀਂ ਕਹਿ ਲਓ ਧੁੰਦਾ ਆ ਧੋਂ ਧੁਵਾ ਕਿ ਉਹਨਾਂ ਨੂੰ ਬਿਲਕੁਲ ਵਾਸ਼ ਕਰਕੇ ਰੱਖਦਾ ਆ ਕਿ ਉਹ ਬਿਲਕੁਲ ਗਿੱਲੇ ਰਹਿੰਦੇ ਨੇ ਔਇਲ ਦੇ ਨਾਲ ਜਿਸ ਨਾਲ ਉਹਨਾਂ ਦੀ ਚਿਕਨਾਹਟ ਬਣੀ ਰਹਿੰਦੀ ਹੈਗੀ ਆ ਠੀਕ ਆ ਬਾਕੀ ਕੁਝ ਗੱਲਾਂ ਜਿਹੜੀਆਂ ਮੈਂ ਸਵਾਲ ਚ ਅੰਡਰਲਾਈਨ ਕਰਾਵਾਂਗਾ ਜੋ ਕਿ ਤੁਹਾਡੇ ਲਈ ਜ਼ਰੂਰੀ ਹਨ ਪਹਿਲਾ ਸਵਾਲ ਇੰਪੋਰਟੈਂਟ ਆ ਇਨ ਇੰਪੀਆਨਟੋ ਦੀ ਲੂਬ੍ਰਿਫਿਕਾਜ਼ਿਓਨੇ ਲਾ ਪੋਂਪਾ ਪੰਪ ਪੇਸਕਾ ਲੈਂਦਾ ਆ ਔਇਲਿਓ ਦਲਾ ਕੋਪਪਾ ਓਕੇ ਫਿਰ ਇੱਕ ਕੱਪ ਹੁੰਦਾ ਆ ਮੋਟਰ ਦੇ ਬਿਲਕੁਲ ਥੱਲੇ ਇੱਕ ਕੋਪਾ ਹੁੰਦਾ ਆ ਉਹਦੇ ਸਾਰਾ ਮੋਗਲੈਲ ਇਕੱਠਾ ਹੋਇਆ ਹੁੰਦਾ ਆ ਸੋ ਪੰਪ ਉਥੋਂ ਮੋਗਲੈਲ ਲੈਂਦਾ ਆ ਐਲੋ ਇੰਵਿਆ ਤੇ ਉਹਨੂੰ ਭੇਜਦਾ ਆ ਤਰਾਮੀ ਤੇ ਅਪੋਜ਼ਿਤੇ ਸਕਨਲਾਤure ਜਿਹਨੂੰ ਆਪਾਂ ਪਾਈਪ ਕਹਿ ਸਕਦੇ ਆ ਅਲੀਵਾਰੀ ਵੱਖ-ਵੱਖ 파ਰਤੀ ਹਿੱਸੇ ਇਨ ਮੂਵਮੈਂਟੋ ਜੋ ਮੂਵ ਕਰਦੇ ਹਨ ਦਿਲ ਮਤੋਰੇ ਇੰਜਨ ਦੇ ਹਾਂਜੀ ਸੋ ਜਿਹੜਾ ਇੰਪੀਆਂਟੋ ਦੀ ਲੂਬ੍ਰਿਫਿਕਾਜ਼ੋਨੇ ਅਗਰੇ ਨੂੰ ਕਿਸੇ ਨੂੰ ਸਮਝਾਇਆ ਜਾਣਾ ਚਾਹੀਏ ਤੇ ਇਹਨੂੰ ਇਸ ਤਰੀਕੇ ਨਾਲ ਸਮਝਾ ਸਕਦੇ ਹਾਂ ਕਿ ਇਹਦੇ ਵਿੱਚੋਂ ਪੰਪ ਪੋਂਪਾ ਥਲੂ ਕੋਪੇਚੋਂ ਕੋਪਾ ਉਹਦੇ ਤੋਂ ਤੇਲ ਲੈਂਦਾ ਆ ਤੇ ਉਸ ਤੇਲ ਨੂੰ ਭੇਜਦਾ ਆ ਵੱਖ-ਵੱਖ ਹਿੱਸੇ ਲਿਖਿਆ ਨੀ ਹੈਗਾ ਲੋ ਇਨਵੀਆ tramite apposite canalature ਵੱਖ-ਵੱਖ ਪਾਈਪਾਂ ਦੇ ਰਾਹੀਂ ਵਾਰੀਏ 파ਰਤੀ ਅਲੱਗ-ਅਲੱਗ ਹਿੱਸਾ ਇਨ ਮੂਵਮੈਂਟੋ ਦਲ ਮੋਟੋਰੀ ਇੰਜਨ ਦੇ ਅਲੱਗ-ਅਲੱਗ ਹਿੱਸੇ ਵਿੱਚ ਇਸ ਔਇਲ ਨੂੰ ਪੇਜਦਾ ਹੈਗਾ ਉੱਥੇ ਵੇਰੋ ਸੋ ਮੇਨ ਇਸ ਦਾ ਜਿਹੜਾ ਕੰਮ ਆ ਉਹ ਵੱਖ-ਵੱਖ ਹਿੱਸਿਆਂ ਵਿੱਚ ਜਾਣਾ ਜਿਹੜੇ ਜ਼ਿਆਦਾ ਮੂਵ ਕਰਦੇ ਹਨ ਜ਼ਿਆਦਾ ਕੰਮ ਕਰਦੇ ਹਨ ਉੱਥੇ ਵੇਰੋ ਸਵਾਲ ਨੰਬਰ 2 ਲਲੂਬ੍ਰੀਫਿਕਾਜ਼ਿਓਨੇ ਲਲਬ੍ਰੀਫਿਕਸ਼ਨ ਹੁੰਦੀ ਆ ਮੁਗਲੈਲ ਹੁੰਦਾ ਆ ਐਬੀਤਾ ਕੇ ਲੋਸ ਕੋਰੀਮੈਂਟੋ ਟਰਲੇ ਸੁਪਰਫੀਸੀ ਸੁਪਰਫੀਸੀ ਹੋ ਗਿਆ ਬਾਹਰ ਲੀਆਂ ਪਰਤਾ ਯਾਨਕੀ ਬਾਹਰਲਾ ਹਿੱਸਾ ਅਕੋਂਟਾਟੋ ਯਾਨਕੀ ਜਿੱਦਾਂ ਹੁਣ ਇੱਕ ਗੱਡੀ ਦੇ ਅੰਦਰ ਪੁਰਜੇ ਕੰਮ ਕਰਦੇ ਨੇ ਤੁਸੀਂ ਦੂਰ ਕੀ ਜਾਣਾ ਇੱਕ ਮੰਨ ਲਓ ਪਿਸਟਨ ਲਗਾ ਲਓ ਠੀਕ ਹੈ ਪਿਸਟਨ ਕੰਮ ਕਰਦੇ ਨੇ ਅੰਦਰ ਇੱਕ ਦੂਜੇ ਨਾਲ ਟੱਚ ਹੁੰਦੇ ਨੇ ਚਲਿੰਦਰੋ ਵਿੱਚ ਉਹਨਾਂ ਦਾ ਬਾਹਰਲਾ ਹਿੱਸਾ ਜਿਹੜਾ ਹੁੰਦਾ ਆ ਉਜ਼ੋਰੀ ਰਗੜਨਾ ਕਸਣਾ ਇਹ ਮਟਰੀਆਲੀ ਆ ਕੋਂਟੈਕਟ ਸੋ ਉਹ ਆਪਸ ਵਿੱਚ ਰਗੜਨ ਨਾਲ ਆਪਸ ਵਿੱਚ ਘਸਣਾ ਜਾਣ ਇਹ ਚੀਜ਼ ਲੂਬ੍ਰੀਫਿਕਾਜ਼ੋਨੇ ਹੋਣ ਨਹੀਂ ਦਿੰਦੀ ਹੈਗੀ ਉੱਥੇ ਵੇਰੋ ਕਿਉਂਕਿ ਲੂਬ੍ਰੀਫਿਕਾਜ਼ੋਨੇ ਹੋਣ ਨਾਲ ਉਹ ਆਪਸ ਵਿੱਚ ਨਹੀਂ ਰਗੜੇ ਜਾਂਦੇ ਉੱਥੇ ਕਿਉਂਕਿ ਲੂਬ੍ਰੀਫਿਕਾਜ਼ੋਨ ਉਹਨਾਂ ਨੂੰ ਚਿਕਨਾਹਟ ਦੇ ਕੇ ਰੱਖਦੀ ਆ ਉਹਨਾਂ ਨੂੰ ਸੰਭਾਲ ਕੇ ਰੱਖਦੀ ਹੈਗੀ ਉੱਥੇ ਵੇਰੋ ਸਵਾਲ ਨੰਬਰ 3 ਲਿੰਪੀਆਂਟੋ ਦੀ ਲੂਬ੍ਰੀਫਿਕਾਜ਼ੋਨੇ ਪੋ ਐਸਰੇ ਦਲ ਟਿੱਪੋ ਚਿਰਕੂਲਾਜ਼ੋਨੇ ਫੋਰਸਾਤਾ ਉਪੂਰੇ ਜਾਂ ਫਿਰ ਸਰਕੂਲੇਸ਼ਨ ਨੈਚੁਰਲੀ ਯਾਨੀ ਕਿ ਸਰਕੂਲੇਸ਼ਨ ਫੋਰਸ ਆਤਾ ਮਤਲਬ ਹੁੰਦਾ ਜਿਹੜਾ ਜ਼ਬਰਦਸਤੀ ਕੀਤਾ ਜਾਏ ਤੇ ਸਰਕੂਲੇਸ਼ਨ ਨੈਚੁਰਲੀ ਹੁੰਦਾ ਜਿਹੜਾ ਨੇਚਰਲ ਤਰੀਕੇ ਨਾਲ ਭੇਜਿਆ ਜਾਏ ਸੋ ਕਹਿੰਦਾ ਜਿਹੜਾ ਲੂਬ੍ਰੀਫਿਕੇਸ਼ਨ ਨੇ ਆ ਯਾਨੀ ਕਿ ਮਗਲੈਲ ਦੇਣਾ ਇਹ ਦੋ ਤਰੀਕੇ ਦਾ ਹੋ ਸਕਦਾ ਆ ਇਹ ਜ਼ਬਰਦਸਤੀ ਵਾਲਾ ਵੀ ਹੋ ਸਕਦਾ ਆ ਤੇ ਇਹ ਨੇਚਰਲ ਤਰੀਕੇ ਦਾ ਵੀ ਹੋ ਸਕਦਾ ਉੱਥੇ ਫਾਲਸੋ ਸਵਾਲ ਨੰਬਰ 4 ਕੌਮਪੀਤੋ ਹੁੰਦਾ ਕਮ ਮੇਨ ਦੇ ਲਾ ਲੁਬਰੀਫਿਕੇਸ਼ਨੇ ਮੇਨ ਮੁਗਲੈਲ ਦਾ ਕੰਮ ਕੀਆ ਐ ਆਉਮੈਂਟਾਰੇ ਵਧਾ ਦੇ ਨਾਲ ਅਤਰੀਤੋ ਜਿਹੜਾ ਟਕਰਾਵ ਹੁੰਦਾ ਆ ਉਹਨੂੰ ਅਤਰੀਤੋ ਕਹਿੰਦੇ ਨੇ ਅਲਤਰੀਮੈਂਤੀ ਨਹੀਂ ਤੇ ਲੇ ਪਾਰਟੀ ਮੈਕੈਨਿਕੇ ਮੈਕੈਨਿਕਲੀ ਜਿਹੜੇ ਹੁੰਦੇ ਪਾਰਟ ਹੁੰਦੇ ਨੇ ਨੋਮ ਪੁਤਰੇ ਬਰ ਸਰਚਿਤਾਰੇ ਉਹ ਕਰ ਨਹੀਂ ਪਾਉਂਦੇ ਲਾ ਲੋਰੋ ਫੰਕਸ਼ਨ ਆਪਣਾ ਕੰਮ ਇਹ ਸਿਰਚਿਤਾਰੇ ਹੁੰਦਾ ਕਰਨਾ ਸੋ ਸਵਾਲ ਕਹਿੰਦਾ ਸੀ ਵੀ ਲੂਬ੍ਰਿਫਿਕੈਂਸ ਦਾ ਕੰਮ ਆ ਉਹਨਾਂ ਦਾ ਆਪਸੀ ਰਗੜਾਵ ਯਾਨੀ ਕਿ ਆਪਸ ਵਿੱਚ ਬਹੁਤ ਜ਼ਿਆਦਾ ਰਗੜਦੇ ਨੇ ਜਿਸ ਜੇ ਨਹੀਂ ਰੋਕਦਾ ਤੇ ਉਹ ਆਪਣਾ ਕੰਮ ਨਹੀਂ ਕਰ ਪਾਉਂਦੇ ਉੱਥੇ ਫਾਲਸੋ ਅਸਲ ਚ ਲੂਬ੍ਰਿਫਿਕੈਂਸ ਦਾ ਕੰਮ ਹੁੰਦਾ ਆ ਉਹਨਾਂ ਨੂੰ ਆਪਸ ਵਿੱਚ ਰਗੜਨ ਨਾ ਦੇਣਾ ਫਾਲਸੋ ਸਵਾਲ ਨੰਬਰ 5 ਇੰਪੋਰਟੈਂਟ ਆ ਸਵਾਲਾਂ ਵਾਲਾ la lubrificazione viene garantita dalla presenza di un velo di olio velo di olio matlab honda velo ik halki ji parat halki ji chadar chadi hundi hai tel di velo kende ne jidda hon la lo tuhi patla patla hunde upper tel chadya hunda nu velo kende ne jehnu ap chadar keh liye te itthe chadar thoda kange itthe ap kange thoda jaha mughlal di parat ਰਾਲੇ ਸਪਰਫੀਚੀ ਜਿਹੜੇ ਉਹਦੇ ਪੁਰਜੇ ਹੁੰਦੇ ਨੇ ਅੰਦਰ ਇੰਜਨ ਦੇ ਉਹਨਾਂ ਪੁਰਜਿਆਂ ਦੇ ਬਾਹਰ ਥੋੜੀ 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 ਮੁਗਲਾਲ ਦੀ ਪਰਤ ਚੜੀ ਹੁੰਦੀ ਹੈਗੀ ਉੱਥੇ ਵੇਰੋ ਕਿਉਂਕਿ ਲੋਹੇ ਨਾਲ ਜਦ ਲੋਹਾ ਲੱਗਦਾ ਆ ਤੇ ਉਸ ਨੂੰ ਅਤਰੀ ਤੋਂ ਵੱਧ ਜਾਂਦਾ ਆ ਟਕਰਾਵ ਵੱਧ ਜਾਂਦਾ ਜਿਸ ਕਰਕੇ ਉਹ ਖਰਾਬ ਕੰਮ ਕਰਦੀ ਆ ਤੇ ਇਸ ਦਾ ਮੇਨ ਕੰਮ ਹੁੰਦਾ ਦੋਨੋਂ ਪੁਰਜਿਆਂ ਨੂੰ ਆਪਸ ਵਿੱਚ ਰਗੜਨ ਨਾ ਦੇਣਾ ਤੇ ਉਹਨਾਂ ਦੇ ਵਿੱਚ ਇੱਕ ਬਰੀਕ ਜੀ ਪਰਤ ਬਣਾ ਕੇ ਰੱਖਣੀ ਉੱਥੇ ਬੇਰੋ ਸੋ ਵੇਲੋ ਦੀ olio ਕਹਿੰਦੇ ਨੇ ਥੋੜੀ ਜਿਹੀ ਥੋੜਾ ਜਿਹਾ ਆਇਲ ਇਹਨਾਂ ਦੇ ਵਿੱਚ ਮੌਜੂਦ ਹੁੰਦਾ ਪੜਦੇ ਉੱਪਰ ਫਿਰ ਸਵਾਲ ਨੰਬਰ 6 ਉਮਤੋ on olio lubrificante deve avere un alto grado di acidità acidità ਕਹਿੰਦੇ ਨੇ ਐਸਿਡਿਟੀ ਨੂੰ ਪਰ ਨੋਨ ਫੋਰਮਾਰੀ ਮੋਰਕੀਏ ਜੰਗ ਇਹ ਭਾਤੀ ਨੇ ਅਲ ਇੰਟਰਨੋ ਦੇ ਚਿਲਿੰਦਰੀ ਯਾਨਕੀ ਇਹਦੇ ਵਿੱਚ ਆਚੀਡੋ ਪਾਇਆ ਹੁੰਦਾ ਹੈ ਜੋ ਕਿ ਇੰਜਨ ਦੇ ਵਿੱਚ ਜੰਗ ਅਤੇ ਜਿਹੜੀ ਪਰਤ ਜੰਮਦੀ ਆ ਉਹਨੂੰ ਜੰਮਣ ਨਹੀਂ ਦਿੰਦਾ ਹੈਗਾ ਸਵਾਲ ਆ ਫਾਲਸੋ ਕਿਉਂਕਿ ਇਹਦੇ ਵਿੱਚ ਐਚ ਆਚੀਡੋ ਮੌਜੂਦ ਨਹੀਂ ਹੁੰਦਾ ਪਹਿਲੀ ਗੱਲ ਤੇ ਜੰਗ ਤਾਂ ਨਹੀਂ ਲੱਗਦਾ ਕਿਉਂਕਿ ਜਿਹੜਾ ਮੁਗਲੈਲ ਹੁੰਦਾ ਹੈ ਉਹਨੂੰ ਜੰਗ ਲੱਗਣ ਨਹੀਂ ਦਿੰਦਾ। ਸੋ ਸਵਾਲ ਵਿੱਚ ਕਿਹਾ ਗਿਆ ਸੀਗਾ ਬਿੰਦੇ ਵਿੱਚ ਅੱਚ ਦਿੱਤਾ ਮੌਜੂਦ ਹੁੰਦੀ ਹੈਗੀ ਉੱਥੇ। ਫਾਲਸੋ। ਸਵਾਲ ਨੰਬਰ 7 ਇੰਪੋਰਟੰਟ ਆ। ਇੰਪੀਆਂਟੋ ਦੇ ਲੂਬ੍ਰੀਫਿਕਾਜ਼ਿਓਨੇ ਸਰਵੇ ਬਿੰਪੀਆਂਟੋ ਮੁਗਲੈਲ ਵਾਲਾ ਕਿਉਂ ਚਾਹੀਦਾ ਆ? ਆ ਡਿਮਿਨੁਈਰੇ ਕੱਟ ਕਰਨ ਲਈ ਅਤਰੀ ਤੋਂ ਰਗੜ। tra gli organi in movimento ਜਿਹੜੇ ਹਿੱਸੇ ਜ਼ਿਆਦਾ ਮੂਵ ਕਰਦੇ ਨੇ ਉਹ ਬਹੁਤ ਰਗੜਦੇ ਨੇ ਆਪਸ ਵਿੱਚ ਉਹਨਾਂ ਦਾ ਰਗੜਾਵ ਘਟ ਕਰਨ ਲਈ ਦਿਲ ਮੋਟੋਰੇ ਇੰਜਨ ਦੇ ਇਹ ਇਹ ਵੀ ਤਾਰੇ ਸੂਰਿਸ ਕਲਦਮੈਂਟੋ ਸੂਰਿਸ ਕਲਦਮੈਂਟੋ ਹੁੰਦਾ ਗਰਮ ਹੋਣਾ ਇਹ ਵੀ ਤਾਰੇ ਗਰਮ ਨਾ ਹੋ ਜਾਣ ਇਹ ਇਹ ਵਿੰਤਵਾਲੇ ਗ੍ਰਿਪਾਜੋ ਬਾਈ ਚਾਂਸ ਇਵੈਂਟੂਅਲ ਯਾਨੀ ਕਿ ਬਾਈ ਚਾਂਸ ਗ੍ਰਿਪਾਜ ਜੋ ਹੁੰਦਾ ਜਾਮ ਹੋਣਾ ਗ੍ਰਿਪਾਜ ਜਦੋਂ ਮਤਲਬ ਇੰਜਨ ਆਪਸ ਵਿੱਚ ਇਕਦਮ ਗਰਾਰੀਆਂ ਫਸ ਜਾਣ ਜਾਮ ਹੋ ਜਾਣ ਉਹਨੂੰ ਗ੍ਰਿਪਾਜ ਜੋ ਕਹਿੰਦੇ ਨੇ ਦੇ ਲਈ ਸੇਮ ਗਰਾਰੀਆਂ ਆਪਸ ਵਿੱਚ ਫਸਣਾ ਜਾਣ ਗਰਮ ਹੋ ਕੇ ਤੇ ਰਗੜਾਵ ਘਟ ਹੋਏ ਉਸਨੂੰ ਘਟ ਕਰਨ ਦੇ ਲਈ ਇੰਪਿਆਂਤੋ ਦੀ ਲੁਬਰੀਫਿਕੇਸ਼ਨ ਪਾਇਆ ਜਾਂਦਾ ਹੈਗਾ ਉੱਥੇ ਵੇਰੋ ਸੋ ਕੋਲ ਮਿਲਾ ਕੇ ਇਹਨੂੰ ਅਗਰ ਪੰਜਾਬੀ ਚ ਤੁਸੀਂ ਸਮਝਣਾ ਚਾਹੋ ਤੇ ਇੰਪਿਆਂਤੋ ਦੀ ਲੁਬਰੀਫਿਕੇਸ਼ਨ ਜਿਹੜਾ ਹੁੰਦਾ ਆ ਇਹ ਰਗੜਾਵ ਨੂੰ ਘਟ ਕਰਦਾ ਆ ਜਿੰਦੇ ਨਾਲ ਗੱਡੀ ਗਰਮ ਘਟ ਹੁੰਦੇ ਇਹਨਾਂ ਦੇ ਹਿੱਸੇ ਤੇ ਜਿੰਦੇ ਨਾਲ ਅ ਉਹ ਆਪਸ ਵਿੱਚ ਜਾਮ ਨਹੀਂ ਹੁੰਦੇ ਹੈਗੇ ਸਵਾਲ ਵੀਰੋ 8 ਨੰਬਰ ਲਾ ਪੋਂਪਾ ਦੀ ਇਨਜੇਸ਼ਨੇ ਫਾ ਪਾਰਤੇ ਦੈਲ ਚਿਰਕੂਇਟੋ ਦੈਲ ਲੂਬ੍ਰਿਫਿਕਾਜ਼ਿਓਨੇ 라 ਪੋਂਪਾ ਦੀ ਇਨਜੇਸ਼ਨੇ ਆ O V ਚਿਰਕੂਇਟੋ ਦੀ ਲੂਬ੍ਰਿਫਿਕਾਜ਼ਿਓਨੇ ਯਾਨੀ ਕਿ ਉਹ ਵੀ ਮਗਲੈਲ ਸਪਲਾਈ ਕਰਨ ਵਾਲੇ ਦਾ ਹਿੱਸਾ ਹੈਗਾ ਯਾਨੀ ਜਿੱਥੋਂ ਮਗਲੈਲ ਸਪਲਾਈ ਹੁੰਦਾ ਆ ਪੋਂਪਾ ਦੀ ਇਨਜੇਸ਼ਨੇ ਵੀ ਉਸੇ ਦਾ ਹਿੱਸਾ ਹੈਗਾ ਉੱਥੇ ਫਾਲਸੋ ਉਹ ਹੋਰ ਚੀਜ਼ ਆ ਏ ਹੋਰ ਚੀਜ਼ ਆ ਅੱਗੇ ਆਪਾਂ ਗੱਲ ਕਰਦੇ ਹਾਂ ਇੰਪੀਅਨ ਤੋਂ ਦੀ ਲੂਬ੍ਰਿਫਿਕਾਜ਼ੋਨੇ ਯਾਨਕੀ ਜੋ ਪਹਿਲੇ ਪੜਿਆ ਹੈ ਤਕਰੀਬਨ ਉਹੀ ਟੋਪਿਕ ਆ ਲੇਕਿਨ ਇਹਦੇ ਤੇ ਕੁਝ ਜ਼ਿਆਦਾ ਗਹਿਰਾਈ ਵਿੱਚ ਜਾ ਕੇ ਆਪਾਂ ਗੱਲ ਕਰਾਂਗੇ ਸੋ ਮੈਂ ਸਾਰੇ ਸਟੂਡੈਂਟਸ ਨੂੰ ਇਹ ਰਿਕਵੈਸਟ ਕਰਦਾ ਕਿ ਅਗਰ ਤੁਹਾਡੇ ਕੋਲ ਕਿਤਾਬ ਹੈਗੀ ਆ ਤੇ ਪਲੀਜ਼ ਮਾਰਕ ਕਰ ਲਿਆ ਕਰੋ ਅੰਡਰਲਾਈਨ ਕਰਿਆ ਕਰੋ ਜਿਹੜੇ ਸਵਾਲ ਵੇਰੋ ਹੁੰਦੇ ਨੇ ਕਿਉਂਕਿ ਜਿਹੜੇ ਹੈ ਹੀ ਫਾਲਸੋ ਨੇ ਉਹ ਤੇ ਨਾਰਮਲ ਗੱਲ ਆ ਉਹਨਾਂ ਦੀ ਕੋਈ ਨਾ ਤੁੱਕ ਬੰਦਾ ਨਾ ਕੋਈ ਥਿਉਰੀ ਬੰਦੀ ਉਹਨਾਂ ਦੀ So, la circolazione dell'olio di lubrificazione. Mugliel da circle all'interno del motore. Mugliel da ingegnere cercale karna è assicurata. ਸੋ ਮੈਂ ਲਾਈਨ ਪੂਰੀ ਪੜ ਦੇਣਾ ਅਸੀ ਕੁਰਾਤਾ ਦੋਨਾ ਪੋਂਪਾ ਐ ਇੰਗਰਨਾਜੀ ਪੋਂਪਾ ਪੰਪ ਐ ਇੰਗਰਨਾਜੀ ਯਾਨੀ ਕਿ ਇੱਕ ਪੰਪ ਹੁੰਦਾ ਹੈ ਗਰਾਰੀਆਂ ਵਾਲਾ ਉਹਦੇ ਰਾਹੀਂ ਸਾਰਾ ਤੇਲ ਦਾ ਸਰਕਲ ਇੰਜਨ ਦੇ ਵਿੱਚ ਕੀਤਾ ਜਾਂਦਾ ਹੈਗਾ ਉੱਥੇ ਵੇਰੋ ਸੋ ਅਗਰ ਤੁਸੀਂ ਅਗਰ YouTube ਤੇ ਸਿਰਫ ਇਹੀ ਲਿਖੋਗੇ ਪੀਅਨ ਤੋਂ ਦਿਲੂਬ੍ਰਿਫਿਕਾਜ਼ੋਨੇ ਟੂ ਆਨੋ ਤੇ ਕਲੀਅਰਲੀ ਫੋਟੋ ਦਿਖ ਜਾਈਗੀ ਕਿ ਕਿਸ ਤਰੀਕੇ ਨਾਲ ਸਾਰਾ ਇੰਜਨ ਵਿੱਚ ਇਹ ਸਰਕੂਲੇਟ ਕਰਦਾ ਹੈਗਾ ਉੱਥੇ ਬੇਰੋ ਸਵਾਲ ਨੰਬਰ 2 ਲਸਪੀ ਐਲੂਮੀਨੋਜ਼ਾ ਡੈਲਾ ਲੁਬ੍ਰਿਫਿਕਾਜ਼ਿਓਨੇ ਜਿਹੜਾ ਸਪੀਆ ਜਗ ਜਾਂਦਾ ਆ ਮੁਗਲੈਲ ਦਾ ਸਿਚੈਂਦੇ ਅਚਨਦੇ ਹੁੰਦਾ ਜਗਣਾ ਕਵਾਂਡੋ ਲਾ ਕੋਪਾ ਡੈ ਲੋਗਿਓ ਐ ਆ ਵੂਟਾ ਜਦੋਂ ਥੱਲੇ ਕੋਪਾ ਯਾਨੀ ਕਿ ਜਿੱਥੇ ਆਇਲ ਇਕੱਠਾ ਹੁੰਦਾ ਆ ਜਦੋਂ ਖਾਲੀ ਹੋ ਜੇ ਬਿਲਕੁਲ ਉਦੋਂ ਉਸ ਪੀਆ ਜਗ ਜਾਂਦਾ ਹੈਗਾ ਉੱਥੇ ਫਾਲਸੋ ਉਹਦੀ ਇੱਕ ਲਿਮਟ ਹੁੰਦੀ ਆ ਕੱਪ ਬਿਲਕੁਲ ਖਾਲੀ ਹੋਣ ਤੇ ਨਹੀਂ ਜਗਦਾ ਹੈਗਾ ਫਾਲਸੋ ਸਵਾਲ ਨੰਬਰ 3 ਲਾ ਪੋਂਪਾ ਅਡ ਇੰਗਰਾਨਾਜੀ ਦਿਲ ਸਿਸਟੇਮਾ ਡੀ ਲੂਬ੍ਰਿਫਿਕਾਜ਼ਿਓਨੇ ਜਿਹੜਾ ਪੰਪ ਹੁੰਦਾ ਆ ਲੂਬ੍ਰਿਫਿਕਸ਼ਨ ਵਾਲਾ ਦੀ ਉਮਤੋਰੇ ਐ ਐਜ਼ਿਓਨਾਤਾ ਐ ਕੰਮ ਕਰਦਾ ਆ ਦਾ ਓਨਾ ਅਲਬੇਰੀਨਾ che prende il movimento dal volano motore ਕਹਿੰਦਾ ਮਤਲਬ ਜਿਹੜਾ ਪੰਪ ਏ ਉਹ ਕਿਦਾਂ ਕੰਮ ਕਰਦਾ ਆ ਅਤਸਿਓਨਾਤਾ ਕਰਦਾ ਆ ਦਾ ਉਨ ਅਲਬੇਰੀਨੋ ਕੇ ਪ੍ਰੈਂਡਲ ਮੂਵਮੈਂਟੋ ਇੱਕ ਅਲਬੇਰੀਨੋ ਯਾਨੀ ਕਿ ਨਿੱਕੀ ਗਰਾਰੀ ਹੁੰਦੀ ਆ ਜੋ ਕੰਮ ਕਰਦੀ ਆ ਦਲ ਬੁਲਾਨੋ ਮੋਟੋਰੇ ਬੁਲਾਨੋ ਆਪਾਂ ਉਹਦਨ ਵੀ ਦੇਖਿਆ ਸੀ ਬੁਲਾਨੋ ਡਬਲ ਪਲੇਟ ਨੂੰ ਕਿਹਾ ਜਾਂਦਾ ਆ ਜਿਹੜੀ ਕਲੱਚ ਅਤੇ ਅਲਬੇਰੋ ਮੋਟੋਰੇ ਨਾਲ ਜੁੜੀ ਹੁੰਦੀ ਆ ਤੋ ਕੰਦਾ ਇੰਪੀਆਨਟੋ ਡੇ ਲੂਬ੍ਰਿਫਿਕਾਜ਼ਿਓਨੇ ਇੰਜਨ ਦੀ ਬੋਲਾਨੋ ਦੇ ਨਾਲ ਕੰਮ ਕਰਦਾ ਹੈਗਾ ਉੱਥੇ ਫਾਲਸੋ ਸਵਾਲ ਨੰਬਰ 4 ਸਕੋਪੋ ਡੇ ਲੂਬ੍ਰਿਫਿਕਾਜ਼ਿਓਨੇ ਮੇਨ ਡਿਊਟੀ ਕੀਆ ਲੂਬ੍ਰਿਫਿਕਾਜ਼ਿਓਨ ਦੀ ਐ ਕਵੈਲੋ ਦੀ ਐਵਿਟਾਰੇ ਐਕਸੀਸਿਵ ਅਤਰੀਤੋ ਐਕਸੀਸਿਵ ਹੁੰਦਾ ਹੈ ਜਿਆਦਾ ਅਤਰੀਤੋ ਹੁੰਦਾ ਟਕਰਾਵ ਰਗੜ di alcune parti del motore engine de kujh hisse aapas ch ragadan naa ke si muovono jo kamm karde ne hilchul karde ne akuntato tra loro aapas vich kuntato yani ki touch ch reh ke jehde hisse kamm karde ne jiddan la lo piston aa onde aas paase cilindro honda oh kamm karda ya so aapas vich kamm karde ਪੁਰਜੇ ਰਗੜਨ ਅਤ੍ਰੀ ਤੋਂ ਮਤਲਬ ਹੁੰਦਾ ਆਪਸ ਚ ਰਗੜ ਪੈਣੀ ਇਹ ਮੇਨ ਡਿਊਟੀ ਹੁੰਦੀ ਹੈ ਲੂਬ੍ਰੀਫਿਕਾਤਸਿਓਨੇ ਦੀ ਉੱਥੇ vero che qui ਇਸ ਕਰਕੇ ਲੂਬ੍ਰੀਫਿਕਾਤਸਿਓਨੇ ਕਰਕੇ ਗੱਡੀ ਦੇ ਪਾਰਟਸ ਆਪਸ ਵਿੱਚ ਰਗੜਦੇ ਨਹੀਂ ਹਨ ਸੋ ਸਵਾਲ ਹੈ vero ਸਵਾਲ ਨੰਬਰ 5 ਸੇ ਸਿਅ ਚੈਂਦੇ ਲਾ ਸਪੀਆ ਡੇਲਾ ਲੂਬ੍ਰੀਫਿਕਾਤਸਿਓਨੇ ਅਗਰ ਲੂਬ੍ਰੀਕੇਸ਼ਨ ਦਾ Spia giacca giandaya significa is dam matalaba che bisogna cambiare olio usda oil change cardo entro cinque mila kilometri panja hajar kilometro pella pella is da oil change cardena c'è hidote falso c'è number swall negli intervalli tra una sostituzione e l'altra <laughs> di lubrificante ok, swall caffè importanta. ਇੰਟਰਵਲ ਯਾਨਕੀ ਇੰਟਰਵੈਲ ਨੂੰ ਕਹਿੰਦੇ ਨੇ ਜਦੋਂ ਅੱਧਾ ਲਾ ਲਓ ਤੁਸੀਂ ਹਾਫ ਲਾ ਲਓ 5300 ਸਟੀਟੂਸਿਓਨਾ ਐ ਆਲਟਰਾ ਡੈਲੋਬ੍ਰਿਫਿਕਾਂਤੇ ਇਲ ਲੀਵੈਲੋ ਵਾ ਕੋਂਟਰੋਲਾਤੋ ਉਸਦਾ ਲੈਵਲ ਚੈੱਕ ਕਰੋ ਅਦ ਇੰਟਰਵਾਲੀ ਰੈਗੂਲਾਰੀ ਇੰਟਰਵਾਲੀ ਰੈਗੂਲਾਰ ਯਾਨਕੀ ਨੂੰ ਰੈਗੂਲਰ ਚੈੱਕ ਕਰਦੇ ਰਹੋ ਉਸਦੀ ਰੈਗੂਲਰ ਪਰਤਾਲ ਕਰਦੇ ਰਹੋ ਅਕਸਰ ਆਪਾਂ ਕਈ ਵਾਰ ਮਨ ਲੋ ਗੱਡੀ ਦਾ ਬੋਨਟ ਖੋਲ ਕੇ ਤੇਲ ਨਹੀਂ ਚੈੱਕ ਕਰਦੇ ਇੰਜਨ ਵਾਲਾ ਉਹ ਸਟਿਕ ਦੇ ਨਾਲ ਸੋ ਆਪਾਂ ਨੂੰ ਇੰਟਰਵੈਲੀ ਰੈਗੂਲਰ ਯਾਨੀ ਕਿ ਰੈਗੂਲਰ ਉਸ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਆ ਇਹ ਰਬੋਕਾਟੋ ਰਬੋਕਾਟੋ ਹੁੰਦਾ ਹੋਰ ਐਡ ਕਰਨਾ ਹੋਰ ਪਾਣਾ ਇੰਕਾਜ਼ ਦੀ ਨਚਸਤਾ ਜ਼ਰੂਰਤ ਪੈਣ ਤੇ ਹੋਰ ਤੇਲ ਐਡ ਕਰ ਦੇਣਾ ਚਾਹੀਦਾ ਉੱਥੇ ਵੇਰੋ ਹੁਣ ਜਿੱਦਾਂ ਲਾ ਲਓ ਅ ਮੈਨੂੰ ਪਤਾ ਹੈ ਕਿ ਮੈਂ ਮਈ ਚ ਸਰਵਿਸ ਕਰਾਈ ਗੱਡੀ ਦੀ ਤੇ ਮੰਨ ਲਓ ਗੁ 6 ਮਹੀਨੇ ਬਾਅਦ ਸਰਵਿਸ ਕਰਾਣੀ ਆ ਸੋ ਇੰਟਰਵਲ ਯਾਨੀ ਕਿ ਅੱਧ ਚ ਜਾ ਕੇ ਉਹਨੂੰ ਰੈਗੂਲਰਲੀ ਚੈੱਕ ਕਰਦੇ ਰਹੋ ਯਾਨੀ ਕਿ ਹੁਣ 2-3 ਮਹੀਨੇ ਹੋ ਗਏ ਨੇ ਤੇਲ ਚੈੱਕ ਕਰਦੇ ਰਹਿਣਾ ਚਾਹੀਦਾ ਆ ਅਗਰ ਤੁਹਾਨੂੰ ਲੱਗਦਾ ਆ ਕਿ ਮੈਂ ਸਰਵਿਸ ਅਸਰ ਮਹੀਨਾ ਦੋ ਠਹਿਰ ਕੇ ਕਰਾਣੀ ਆ ਤੇ ਉਹਦੇ ਵਿੱਚ ਹੋਰ ਰਬੋਕਾ ਤੋਂ ਐਡ ਕਰ ਦੇਣਾ ਚਾਹੀਦਾ ਉੱਥੇ ਵੇਰੋ ਸਵਾਲ ਨੰਬਰ 7 ਉਨਾ ਦੇਲੇ ਪ੍ਰਿੰਸੀਪਾਲੀ ਟਰਸਫੋਰਮਾਜ਼ਿਓਨੀ ਇੱਕ ਮੇਨ ਟਰਾਂਸਫੋਰਮੇਸ਼ਨ ਜਿਹੜੀ ਹੁੰਦੀ ਆ ਕਿ ਸੁਬਿਸਕੋਨੋ ਲਿਓਲੀ ਜਿਹੜੇ ਕੀ ਆਇਲ ਨੂੰ ਸਹਿਨ ਕਰਨੀ ਪੈਂਦੀ ਆ ਦੁਰਾਂਤੇ ਲੂਜ਼ੋ ਐ ਲੌਮੈਂਟੋ ਦੀ ਸਲਨੀਤਾ ਸਲਨੀਤਾ ਕਹਿੰਦੇ ਨੇ ਖਾਰੇਪਣ ਨੂੰ ਖਾਰੇਪਣ ਨੂੰ ਸਲਨੀਤਾ ਕਿਹਾ ਜਾਂਦਾ ਆ ਸੋ ਸਵਾਲ ਕਹਿੰਦਾ ਹੈ ਕਿ ਵੱਲੋਂ ਮੇਨ ਤੌਰ ਤੇ ਜਿਹੜਾ ਆਇਲ ਆ ਇਹ ਜਲਦੀ ਖਾਰਾ ਹੋ ਜਾਂਦਾ ਆ ਇਸ ਦੇ ਯੂਜ਼ ਕਰਨ ਵਿੱਚ ਉੱਥੇ ਫਾਲਸੋ ਸਵਾਲ ਨੰਬਰ 6 ਜੋ ਕਿ ਇੰਪੋਰਟੈਂਟ ਆ ਸੇ ਦੌਰਾਨ ਤੇਲਾ ਮਾਰਚਾ ਸਿ ਅਚੈਂਦੇ ਅਗਰ ਚੱਲਣ ਦੌਰਾਨ ਜਗ ਜਾਏ ਉਨਾਂ ਸਪੀਆ ਦੀ ਲੁਬਰੀਫਿਕਾਜ਼ਿਓਨੇ ਮੋਗਲੇਲ ਦਾ ਸਪੀਆ ਜਗ ਜਾਏ ਤੇਲ ਦਾ ਸਪੀਆ ਜਗ ਜਾਏ ਸਿਨੀਫਿਕਾ ਇਸ ਦਾ ਮਤਲਬ ਆ ਕਿ ਲਾਪ੍ਰੈਸ਼ਨੇ ਪ੍ਰੈਸ਼ਰ ਨੈਲ ਇੰਪੀਆਨਟੋ ਯਾਨੀ ਕਿ ਉਸ ਦੇ ਵਿੱਚ ਜਿਹੜਾ ਔਇਲ ਦਾ ਮੌਜੂਦ ਕੀਆ ਔਇਲ ਦੇ ਪ੍ਰੈਸ਼ਰ ਦੀ ਐਟਰੋਪੋਬਾਸਾ ਬਹੁਤ ਘਟ ਗਿਆ ਆ ਅਤੇ ਇਹ ਇਨਸਫੀਸ਼ੀਐਂਟੇ ਜੋ ਕਿ ਇਨਸਫੀਸ਼ੀਐਂਟ ਆ ਯਾਨੀ ਕਿ ਸਹੀ ਨਹੀਂ ਹੈਗਾ ਆ ਗਰੰਟੀ ਰੇ ਗਰੰਟੀ ਦੇਣ ਲਈ ਇਲ ਕੋਰੈਟੋ ਸਹੀ ਫੰਕਸ਼ਨਮੈਂਟ ਚੱਲਣ ਦੇ ਲਈ ਦਿਲ ਮੋਟਰੇ ਇੰਜਨ ਦੇ ਸੋ ਅਗਰ ਸਪੀਆ ਜਗ ਜੇ ਇਸ ਦਾ ਮਤਲਬ ਆ ਕਿ ਜੋ ਉਹਦੀ ਕੁਆਂਟੀਟੀ ਆ ਲੂਬ੍ਰੀਫਿਕੇਸ਼ਨ ਦੀ ਉਹ ਕੱਟ ਗਈ ਆ ਤੇਲ ਦੀ ਕੁਆਂਟੀਟੀ ਕੱਟ ਗਈ ਆ ਜੋ ਕਿ ਇੰਜਨ ਲਈ ਸਹੀ ਨਹੀਂ ਹੈਗੀ ਉੱਥੇ ਬਿਰੋ ਇਸ ਕਰਕੇ ਸਪੀਏ ਦੇ ਰਾਹੀਂ ਆਪਾਂ ਪਤਾ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਦੀ ਪ੍ਰੋਬਲਮ ਆਈ ਆ ਗੱਡੀ ਦੇ ਇੰਜਨ ਵਿੱਚ ਉੱਥੇ ਬਿਰੋ ਸਵਾਲ ਨੰਬਰ 9 ਉਹਨਾਂ ਦੇ ਪ੍ਰਿੰਸੀਪਲ ਟ੍ਰਾਂਸਫਰਮੇਸ਼ਨ ਮੇਨ ਟ੍ਰਾਂਸਫਰਮੇਸ਼ਨ ਕੇ ਸੁਬੀਸਕੋ ਇਹ ਸਵਾਲ ਇੰਪੋਰਟੈਂਟ ਆ ਲਿਓਲੀ ਹੁਣ ਕਈ ਵਾਰ ਆਪਾਂ ਸੋਚਦੇ ਨਾ ਯਾਰ ਮੈਂ ਜਦ ਗੱਡੀ ਚ ਆਇਲ ਪੁਆਣਾ ਵਾ ਤੇ ਇਹ ਇਹਨੂੰ ਕੀ ਹੁੰਦਾ ਆ ਯਾਨੀ ਕਿ ਇਹਨੂੰ ਐਸਾ ਕੀ ਹੁੰਦਾ ਹੈ ਕਿ ਹਰ ਕੁਛ ਮਹੀਨਿਆਂ ਬਾਅਦ ਤੇਲ ਬਦਲਣਾ ਪੈਂਦਾ ਹੈ ਤੇ ਤੇਲ ਤੇ ਉਨਾ ਹੀ ਹੁੰਦਾ ਹੈ ਸੂ ਬਿਸਕੋਨੋ ਲਈ ਓਲੀ ਲੂਬ੍ਰੀਫਿਕਾਂਤੀ ਦੁਰਾਂਤੇ ਲੂਜ਼ੋ ਐ ਓਸੀਡਾਜ਼ੀਓਨ ਓਸੀਡਾਜ਼ੀਓਨ ਮਤਲਬ ਉਹਦਾ ਜਲ ਜਾਂਦਾ ਆ ਕਾਲਾ ਹੋ ਜਾਂਦਾ ਆ ਓਸੀਡਾਜ਼ੀਓਨ ਸਵਜ਼ ਅੰਡਰਲਾਈਨ ਕਰ ਲਿਓ ਕਿਉਂਕਿ ਜਦ ਆਪਾਂ ਗੱਡੀ ਦੇ ਵਿੱਚ ਮੁਗਲੈਲ ਪਾਨੇ ਆ ਉਹ ਲਾਲ ਰੰਗ ਦਾ ਹੁੰਦਾ ਜਾਂ ਨੀਲੇ ਰੰਗ ਦਾ ਹੁੰਦਾ ਜਦੂ ਇੰਦੀ ਸਰਵਿਸ ਕਰਾਉਣ ਵਾਸਤੇ ਮੁਗਲੈਲ ਨੂੰ ਬਾਹਰ ਕੱਢਦੇ ਨੇ ਉਦੋਂ ਉਹ ਸੜ ਜਾਂਦਾ ਹੈ ਯਾਨੀ ਕਿ ਉਸਕ੍ਰਿਆ ਉਸ ਕੰਮ ਨੂੰ ਆਕਸੀਡੇਸ਼ਨ ਕਿਹਾ ਜਾਂਦਾ ਹੈ ਯਾਨੀ ਕਿ ਤੇਲ ਦਾ ਸੜ ਜਾਣਾ ਉੱਥੇ ਬੇਰੋ ਆਕਸੀਡੇਸ਼ਨ ਮਤਲਬ ਤੇਲ ਜਲ ਜਾਂਦਾ ਹੈ ਤੇਲ ਸੜ ਜਾਂਦਾ ਉੱਥੇ ਬੇਰੋ ਸਵਾਲ ਨੰਬਰ 10 ਅ ਦਿਫਰੈਂਸਾ ਦੀ ਕੁੈਲੋ ਦੀ ਲੂਬ੍ਰਿਫਿਕਾਜ਼ਿਓਨੇ ਦਲ ਮੋਟੋਰੇ ਓਲਿਓ ਦੀ ਕਾਂਬਿਓ ਨੋਨ ਸਿ ਸੋਸਤਿਤੁਇਸ਼ੇ ਔਇਲ ਬਦਲਣਾ ਨਹੀਂ ਪੈਂਦਾ ਮਾਈ ਕਦੇ ਵੀ ਪਿਰਕੇ ਨੋਨੇ ਸੁਜੇ ਤੋ ਅਫੋਰਤੇ ਰਿਸਕਲਦਮੈਂਤੀ ਕਿਉਂਕਿ ਇਹਨੂੰ ਜਿਆਦਾ ਹੀਟ ਨਹੀਂ ਲੱਗਦੀ ਜਿਆਦਾ ਗਰਮੀ ਨਹੀਂ ਲੱਗਦੀ ਇਸ ਕਰਕੇ ਇਹਨੂੰ ਬਦਲਣਾ ਨਹੀਂ ਚਾਹੀਦਾ ਹੈਗਾ ਉੱਥੇ ਫਾਲਸੋ ਸੜ ਜਾਂਦਾ ਆਇਲ ਸਵਾਲ ਨੰਬਰ 11 올ੀ ਦੀ ਲੁਬ੍ਰਿਫਿਕਾਜ਼ੋਨੇ ਡੀਓ ਮੋਟੋਰੇ ਡੀਜ਼ਲ ਇੱਕ ਡੀਜ਼ਲ ਗੱਡੀ ਦਾ ਜਿਹੜਾ ਆਇਲ ਹੁੰਦਾ ਮੁਗਲੈਲ ਹੁੰਦਾ ਜਾਂ ਦੇ ਵਿਅਸ ਸਰਸੋ ਅਸਤਿਟਵੀਤਾ ਇਨੂੰ ਬਦਲ ਦੇਣਾ ਚਾਹੀਦਾ ਆ ਕਵਾਂਦੋ ਐ ਡਿਵੈਂਟਾਟੋ ਮੋਲਟੋ ਸਕੂਰੋ ਜਦ ਆਇਲ ਬਹੁਤ ਜ਼ਿਆਦਾ ਕਾਲਾ ਹੋ ਜੇ ਸਕੂਰੋ ਹੋ ਜੇ ਉਦੋਂ ਇਹ ਬਦਲ ਦੇਣਾ ਚਾਹੀਦਾ ਉੱਥੇ ਫਾਲਸੋ ਇੱਕ ਫਾਲਸੋ ਤਾਂ ਕਿਉਂਕਿ ਇੰਦਾ ਕੁਝ ਟਾਈਮ ਹੁੰਦਾ ਆ ਕੁਝ ਕਿਲੋਮੀਟਰਸ ਹੁੰਦੇ ਨੇ ਚੱਲਣ ਦੇ ਹੁਣ ਕਈ ਵਾਰੀ ਗੱਡੀ ਦਾ ਇੰਜਨ ਆਲਰੇਡੀ ਅੰਦਰੋਂ ਕਾਲਾ ਹੁੰਦਾ ਆ ਤੇ ਕਾਲਾ ਤੇ ਕੁ ਦੋ ਦਿਨ ਬਾਅਦ ਹੀ ਹੋ ਜਾਏਗਾ ਉਹ ਸੋ ਕਾਫੀ ਸਟੂਡੈਂਟ ਇਹ ਸਵਾਲ ਗਲਤ ਕਰ ਆਂਦੇ ਨੇ ਵੀ ਤੇਲ ਸਕੂਰੋ ਯਾਨੀ ਕਿ ਕਾਲਾ ਹੋਣ ਤੇ ਬਦਲ ਦੇਣਾ ਚਾਹੀਦਾ ਆ ਤੇਲ ਕਾਲਾ ਹੋਣ ਤੇ ਨਹੀਂ ਬਦਲਣਾ ਤੇਲ ਦਾ ਟਾਈਮ ਹੁੰਦਾ ਵੀ ਇੰਨੇ ਕਿਲੋਮੀਟਰ ਗੱਡੀ ਨੇ ਸਰਵਿਸ ਕਰਾਣੀ ਆ ਜਾਂ ਤੇਲ ਘਟ ਜਾਏ ਸੋ ਸਵਾਲ ਆ ਫਾਲਸੋ ਲੀ ਓਲੀ ਲੂਬ੍ਰਿਫਿਕਾਂਤੀ ਪੋਸੋਨੋ ਕੋਂਟੇਨੇਰੇ ਐਡੀਟਿਵੀ ਕੀਮਿਚੀ ਅਦਿੱਤੀ ਵੀ ਕੀਮਚੇ ਵਿੱਚ ਕੈਮੀਕਲ ਪਾਏ ਜਾ ਸਕਦੇ ਹਨ। 베रो ਕਿਉਂਕਿ ਇਹਨਾਂ ਵਿੱਚ ਅਦਿੱਤੀ ਵੀ ਕੀਮਚੀ ਯਾਨੀ ਕਿ ਕੈਮੀਕਲ ਪਦਾਰਥ ਪਾਏ ਜਾਂਦੇ ਨੇ ਉੱਥੇ। 베रो ਸਵਾਲ ਨੰਬਰ 13 olio della lubrificazione deve essere cambiata oil ਨੂੰ ਚੇਂਜ ਕਰ ਦੇਣਾ ਚਾਹੀਦਾ ਆ periodicamente period ਦੇ ਹਿਸਾਬ ਦੇ ਨਾਲ ਯਾਨਕੀ ਕੁਝ ਸਮੇਂ ਬਾਅਦ ਜਦੋਂ ਲੋਡ ਆ ਇੰਬਾਜ਼ੇ ਕਿਲੋਮੀਟਰੀ ਪਰਕੋਰਸੀ ਕਿਲੋਮੀਟਰ ਦੇ ਹਿਸਾਬ ਨਾਲ ਜੋ ਪਰਕੋਰਸੀ ਤੁਸੀਂ ਸਫਰ ਕੀਤਾ ਆ ਇਹ ਆ ਲੇ ਇੰਡੀਕਾਜ਼ioni ਤੇ ਜੋ ਤੁਹਾਨੂੰ ਇੰਡੀਕੇਸ਼ਨ ਯਾਨਕੀ ਜੋ ਤੁਹਾਨੂੰ ਦੱਸਿਆ ਆ ਦਿਲ ਕੋਸਟਰੂਟੋਰੇ ਹੁੰਦਾ ਕੰਪਨੀ ਦਲ ਵੀਕੋਲ ਗੱਡੀ ਦੀ ਹੁਣ ਜਦ ਦਲਾ ਲੋ BMW ਕਹਿੰਦੀ ਆ ਵੀ ਹਰੇਕ 30000 ਕਿਲੋਮੀਟਰ ਬਾਅਦ ਆਇਲ ਚੇਂਜ ਕਰੋ ਸੋ ਜੋ ਤੁਹਾਨੂੰ ਕੰਪਨੀ ਨੇ ਦੱਸਿਆ ਏ ਜਾਂ ਜਿੰਨੇ ਕਿਲੋਮੀਟਰ ਬਾਅਦ ਕਰਵਾਉਣਾ ਚਾਹੀਦਾ ਈ ਉਹ ਆਪਾਂ ਨੂੰ ਸਫਰ ਕਰਵਾ ਦੇਣਾ ਚਾਹੀਦਾ ਹੈਗਾ ਔਇਲ ਉਥੇ ਬੇਰੋ ਸੋ ਔਇਲ ਚੇਂਜ ਕਰਵਾਂਦੇ ਰਹਿਣਾ ਚਾਹੀਦਾ ਯਾ ਬੇਰੋ ਅਕਸਰ ਜਦ ਮਕੈਨਿਕ ਕੋ ਆਪਾਂ ਸਰਵਿਸ ਕਰਾਨੇ ਆ ਉਹ ਇੱਕ ਨਿੱਕੀ ਜੀ ਪਰਚੀ ਵੀ ਐਡ ਕਰ ਦਿੰਦਾ ਆ ਕਿ ਗੱਡੀ ਦੀ ਅਗਲੀ ਸਰਵਿਸ ਇੰਨੇ ਕਿੰਨੇ ਕਿਲੋਮੀਟਰ ਬਾਅਦ ਕਰवानी ਹੈਗੀ ਆ vero سوال نمبر 14 ਸੇ ਲਾ ਟੈਂਪਰੇਚੁਰਾ ਦਲ ਆ ਰੀਆ ਮੋਲਟੋ ਬਾਸਾ ਅਗਰ ਬਾਹਰ ਹਵਾ ਦਾ ਟੈਂਪਰੇਚਰ ਬਹੁਤ ਜਿਆਦਾ ਲੋਵਾ ਐ ਬੈਨੇ ਅਜੁੰਜੇਰੇ olio di lubrificante in poco di benzina ਯਾਨਕੀ ਤੁਸੀਂ ਅਗਰ ਬਾਹਰ ਹਵਾ ਦਾ ਪ੍ਰੈਸ਼ਰ ਬਹੁਤ ਜਿਆਦਾ ਲੋਵਾ ਤੇ ਤੁਸੀਂ 5% ਓਂਦੇ ਵਿੱਚ ਪੈਟਰੋਲ ਐਡ ਕਰ ਸਕਦੇ ਹੋ ਉੱਥੇ ਫਾਲਸੋ ਪੈਟਰੋਲ ਐਡ ਇਨ ਕਰਨਾ ਹੈਗਾ ਸਵਾਲ ਨੰਬਰ 15 ਕਵਾਂਡੋ ਲ'ਓਲਿਓ ਮੋਟੋਰੇ ਐ ਟ੍ਰੋਪੋ ਡੈਂਜ਼ੋ ਡੈਂਜ਼ੋ ਦਾ ਗਾੜਾ ਜਦ ਤੈਲ ਬਹੁਤ ਜ਼ਿਆਦਾ ਗਾੜਾ ਹੋਏ ਐ ਬੈਨੇ ਅਜੁੰਜਰੇ ਉਥੇ ਆਪ ਨੂੰ ਐਡ ਕਰ ਲੈਣਾ ਚਾਹੀਦਾ ਯਾ ਓਲਿਓ ਵੇਜਿਟਾਲੇ ਉਥੇ ਆਪ ਨੂੰ ਵੈਜ ਆਇਲ ਐਡ ਕਰ ਲੈਣਾ ਚਾਹੀਦਾ ਹੈਗਾ ਉਥੇ ਫਾਲਸੋ